ਫਾਜ਼ਿਲਕਾ ਦੇ ਫਿਰੋਜ਼ਪੁਰ ਰੋਡ ਤੇ ਸਾਈਕਲ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਸਾਈਕਲ ਅਤੇ ਮੋਟਰਸਾਈਕਲ ਸਵਾਰ ਹੋਏ ਜ਼ਖਮੀ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਭਰਤੀ। ਫਾਜ਼ਿਲਕਾ ਦੇ ਫਿਰੋਜ਼ਪੁਰ ਰੋਡ ਤੇ ਇੱਕ ਸਾਈਕਲ ਅਤੇ ਮੋਟਰਸਾਈਕਲ ਦੇ ਵਿਚਕਾਰ ਟੱਕਰ ਹੋ ਗਈ ਹੈ ਜਿਸ ਦੇ ਚਲਦਿਆਂ ਮੋਟਰਸਾਈਕਲ ਸਵਾਰ ਅਤੇ ਸਾਈਕਲ ਸਵਾਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਾਈਕਲ ਸਵਾਰ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਸਾਈਕਲ ਤੇ ਸਵਾਰ ਹੋ ਕੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਵੱਲ ਆ ਰਿਹਾ ਸੀ ਤਾਂ ਜੇਬੀ ਰਿਜੋਰਟ ਤੋਂ ਥੋੜਾ ਅੱਗੇ ਇੱਕ ਮੋਟਰਸਾਈਕਲ ਸਵਾਰ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਚਲਦਿਆਂ ਉਸ ਦੀ ਪਤਨੀ ਅਤੇ ਬੱਚਾ ਜ਼ਖਮੀ ਹੋ ਗਿਆ। ਉਧਰ ਮੋਟਰਸਾਈਕਲ ਸਵਾਰ ਨੂੰ ਵੀ ਸੱਟਾਂ ਲੱਗੀਆਂ। ਇਸ ਦੁਰਘਟਨਾ ਦੇ ਵਿੱਚ ਸਾਈਕਲ ਸਵਾਰ ਦੋ ਲੋਕ ਅਤੇ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਛੋਟੇ ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਰਹਿਣ ਵਾਲੇ ਉੱਕੀ ਦੇ, ਲੇਕਿਨ ਇਹਦੇ ਜੇਬੀ ਪੱਲੇ ਤੇ ਅਸੀਂ ਨੌਕਰੀ ਚੌਕੀਦਾਰੀ ਕਰਦੇ ਹਾਂ। ਕੀ ਗੱਲ ਕੀ ਹੋਈ ਹੈ? ਗੱਲ ਕੁਛ ਨਹੀਂ ਸਰ, ਅਸੀਂ ਹਸਪੀਟਲ ਆ ਰਹੇ ਸੀ ਸਰਕਾਰੀ ਹਸਪੀਟਲ ਦਵਾਈ ਲੈਣ, ਤੇ ਅਸੀਂ ਜੇਬੀ ਪੱਲੇ ਸੇ ਥੋੜੇ ਅੱਗੇ ਬੜੇ, ਸਾਡੇ ਕੈਮਰੇ ਤੇ ਵੀ ਭਾਵੇਂ ਦੇਖ ਲਓ ਤੇ ਇਹਦੀ ਫੋਟੋ ਵੀ ਆਈ ਖੜੀ। ਇਹਨਾਂ ਨੇ ਮੋਟਰਸਾਈਕਲ ਸਾਡੇ ਸਾਈਕਲ ਦੇ ਵਿੱਚ ਮਾਰਤੀ ਤੇ ਸਾਡੇ ਘਰ ਵਾਲੀ ਤੇ ਸਾਡਾ ਬੱਚਾ ਦੋਨੋਂ ਦੀ ਹਾਲਤ ਖਰਾਬ ਹੈਗੀ। ਸਾਈਕਲ ਚਲਾ ਕੌਣ ਰਿਹਾ ਸੀ? ਮੈਂ ਚਲਾ ਰਿਹਾ ਸੀ ਸਰ। ਅੱਛਾ ਜੀ, ਮੈਂ ਪਿੱਛੇ ਬੈਠੇ ਸੀ? ਅਸੀਂ ਇਹ ਪਿੱਛੇ ਬੈਠੇ, ਮੇਰੇ ਜਵਾਕ ਆਏਗਾ। ਅੱਛਾ, ਦੋਨੋਂ ਨੂੰ ਚੋਟ ਲੱਗੀ, ਸਾਡੇ ਵੀ ਪਿੱਛੇ ਲੱਗੀ ਚੋਟ। ਇਹ ਐਕਸੀਡੈਂਟ ਹੋਇਆ ਕਿੱਥੇ ਹੈ? ਇਹ ਜੇਬੀ ਪਾਲਿਸ ਦੇ ਸਾਹਮਣੇ, ਉੱਥੇ ਕੈਮਰਾ ਵੀ ਲੱਗਿਆ, ਉਹਦੇ ਫੋਟੋ ਵੀ ਆਈ ਹੈ। ਹੈਗੀ ਹੁਣ ਫੋਟੋ ਤੁਹਾਡੇ ਕੋਲ? ਜੀ ਹਾਂ, ਹੈਗੀ, ਵੀਡੀਓ ਆਈ ਹੈ, ਵੀਡੀਓ ਵੀ ਹੈਗੀ ਸਾਡੇ ਕੋਲ। ਮੋਟਰਸਾਈਕਲ ਵਾਲੇ ਦੀ ਸੱਟਾਂ ਵਜੀਆਂ? ਮੋਟਰਸਾਈਕਲ ਵਾਲੇ ਦੇ ਉਧਰ ਮੋਟਰਸਾਈਕਲ ਵਾਲਾ ਹੈਗਾ ਸਰ, ਉਹਨਾਂ ਨੇ ਬੂਝ ਲਓ ਸ਼ਰਾਬ ਪੀਤੀ ਹੈ, ਔਰ ਟਰੱਕ ਡਰਾਈਵਰ ਹੈਗਾ ਉਹ ਸ਼ਰਾਬ ਪੀਤੀ ਰਹਿੰਦਾ, ਉਹ ਕਹਿੰਦੇ ਲੋਕ ਹੀ ਕਹਿੰਦੇ ਸ਼ਰਾਬ ਪੀ ਦੇ ਬੁੱਤ ਰਹਿੰਦਾ 24 ਘੰਟੇ। ਕਿੰਨੇ ਵਜੇ ਦੀ ਘਟਨਾ ਹੈ? ਇਹ ਘਟਨਾ ਹੈ ਸਾਡਾ, ਇਹ ਘੰਟਾ ਹੋ ਗਿਆ ਥਾ, ਇਹ ਘੰਟਾ ਹੈਗਾ, ਸਾਨੂੰ ਟਾਈਮ ਦਾ ਨਹੀਂ ਪਤਾ, ਸਾਡਾ ਤਾਂ ਮੋਬਾਈਲ ਹੀ ਉੱਥੇ ਹੀ ਗਿਰ ਗਿਆ ਅਤੇ ਸਾਈਕਲ ਵੀ ਮੇਰੀ ਉੱਥੇ ਹੀ ਟੁੱਟ ਗਈ। ਰਵੀ ਕੁਮਾਰ ਸਿੰਘ। ਰਵੀ, ਕੀ ਗੱਲ ਹੋਈ ਹੈ? ਤੂੰ ਦਾਖਲ ਹੈ ਹਸਪਤਾਲ? ਮੋਟਰਸਾਈਕਲ ਤੋਂ ਡਿੱਗ ਪਿਆ ਸੀ। ਉਹ ਕਹਿੰਦੇ ਸਾਈਕਲ ਦੇ ਵਿੱਚ ਮਾਰਿਆ ਮੋਟਰਸਾਈਕਲ? ਹਾਂ, ਸਾਈਕਲ ਦੇ ਵਿੱਚ। ਅੱਛਾ, ਕਿੱਥੇ ਹਾਦਸਾ ਹੋਇਆ ਹੈ? ਇਹ ਰੋਡ ਦੇ ਉੱਪਰ ਆਪਣੇ ਕੀ ਨਾਮ, ਸੰਤ ਕਬੀਰ ਕਾਲਜ ਨਾ ਨੇੜੇ, ਅਤੇ ਥੋੜ੍ਹੀ ਜਿਹੀ ਪੈਲਸ। ਅੱਛਾ, ਗਲਤੀ ਨਾਲ ਵੱਜ ਗਿਆ।